ਮਾਨਸਾ ਦੇ ADC ਗੁਰਮੀਤ ਸਿੰਘ ਸਿੱਧੂ ਨਾਲ ਹੋਏ ਦੁਰਵਿਵਹਾਰ ਅਤੇ ਹੋਏ ਧੱਕੇਸ਼ਾਹੀ ਦੇ ਵਿਰੋਧ ਵਜੋਂ ਅੱਜ ਫਿਰੋਜ਼ਪੁਰ ਵਿਖੇ ਜੁਆਇੰਟ ਐਕਸ਼ਨ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਰੋਸ ਧਰਨਾ ADC ਡੀ ਰਵਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਦਫ਼ਤਰ ਵਿੱਚ ਦਿੱਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਰਵਿੰਦਰਪਾਲ ਸਿੰਘ ਸਿੱਧੂ, ਹਰਜਿੰਦਰ ਸਿੰਘ DDPO, ਗੁਰਮੀਤ ਸਿੰਘ ਢਿੱਲੋਂ ਸੈਕਟਰੀ, ਸੁਰਜੀਤ ਸਿੰਘ BDO ਫਿਰੋਜ਼ਪੁਰ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨਸਾ ਵਿਖੇ ਇੱਕ ਕਾਂਗਰਸੀ ਆਗੂ ਵੱਲੋਂ ਉੱਥੋਂ ਦੇ ਅਧਿਕਾਰੀ ਨਾਲ ਕੀਤੀ ਗਈ ਬਦਸਲੂਕੀ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ। ਜਦ ਤੱਕ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਮੁਲਾਜ਼ਮ ਆਪਣਾ ਸੰਘਰਸ਼ ਜਾਰੀ ਰੱਖਣਗੇ। ਮਾਮਲਾ ਹੈਗਾ ਸਾਡਾ ਮਾਨਸਾ ADCD ਸਾਹਿਬ ਨਾਲ, ਇੱਥੇ ਸਿਆਸੀ ਬੰਦਿਆਂ ਨੇ ਉਹਨਾਂ ਦੇ ਦਫ਼ਤਰ ਜਾ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਹੈ, ਉਹਨਾਂ ਦੇ ਦਫ਼ਤਰੀ ਕੰਮ 'ਚ ਰੁਕਾਵਟ ਪਾਈ ਹੈ ਅਤੇ ਉਹਨਾਂ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਸੀ, ਗੱਲਬਾਤ ਉਹਨਾਂ ਨਾਲ ਚਲਾਈ ਸੀ, ਲੋਕਲ ਪ੍ਰਸ਼ਾਸਨ ਆ ਕੇ ਇਹਨਾਂ ਨੂੰ ਅਰੈਸਟ ਕਰੋ ਅਤੇ ਪਰਚਾ ਕਰੋ। ਨਾ ਤਾਂ ਉਹਨਾਂ ਨੇ ਹਾਲ ਦੀ ਘੜੀ ਤੱਕ ਕੋਈ ਪਰਚਾ ਦਰਜ ਕੀਤਾ ਹੈ, ਨਾ ਅਰੈਸਟ ਕਰਾਈ ਹੈ। ਸਾਡੀ ਜਿਹੜੀ ਮੁੱਖ ਮੰਗ ਲੰਬੀ ਚੌੜੀ ਨਹੀਂ ਹੈਗੀ, ਅਸੀਂ ਸਿਰਫ ਨਿਆਂ ਚਾਹੁੰਦੇ ਹਾਂ, ਸਿਰਫ ਇਹ ਚਾਹੁੰਦੇ ਹਾਂ ਕਿ ਪਰਚਾ ਦਰਜ ਹੋਵੇ, ਜਿਹੜੇ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ। ਸਰ, ਤੁਸੀਂ ਅੱਜ ਜਿਹੜੇ ਇਸ ਨੂੰ ਲੈ ਕੇ ਆਪਣੇ ਦਫ਼ਤਰ ਦੇ ਬਾਹਰ, ਕੀ ਤੁਹਾਡਾ ਰੁਖ ਦੱਸ? ਸਾਡੀ ਜੁਆਇੰਟ ਐਕਸ਼ਨ ਕਮੇਟੀ ਪੇਂਡੂ ਵਿਕਾਸ ਤੋਂ ਪੰਚਾਇਤ ਵਿਭਾਗ ਦੀ ਨੇ ਇਹ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਅਸੀਂ ਸਟੇਟ ਹੈੱਡਕੁਆਰਟਰ 'ਤੇ ਧਰਨਾ ਲਾਇਆ ਸੀ, ਫਿਰ ਉਸ ਤੋਂ ਬਿਨਾਂ ਬਾਅਦ 'ਚ ਅਸੀਂ ਬਲੋਕ ਲੈਵਲ 'ਤੇ ਲਾਇਆ ਸੀ। ਅੱਜ ਅਸੀਂ ਸਾਰੇ ਡਿਸਟ੍ਰਿਕਟ ਪੱਧਰ 'ਤੇ ਜਿੰਨੇ ਦੇ ਜਿੰਨੇ 22 ਜ਼ਿਲ੍ਹੇ ਨੇ ਸਾਰਿਆਂ 'ਚ ਇਸ ਸਮੇਂ ਧਰਨੇ ਚੱਲ ਰਹੇ ਆ, ਕੱਲ੍ਹ ਅਸੀਂ ਮਾਨਸਾ ਜਾਵਾਂਗੇ। ਸਰ, ਜੇ ਗੱਲ ਕਰੀਏ ਜਿਹੜਾ ਉਹ ਸਿਆਸੀ ਸੀਗਾ, ਉਹ ਕਿਹੜੀ ਪਾਰਟੀ ਸਭਾ ਰਿਹਾ, ਕਾਂਗਰਸ ਨਾਲ? ਉੱਥੇ ਕਾਂਗਰਸ ਪਾਰਟੀ ਦੀ ਚੇਅਰਪਰਸਨ ਦੱਸਦੇ ਆ ਡਾਕਟਰ ਮਨੋਜ ਬਾਂਸਲ, ਮਨਜੂ ਬਾਂਸਲ, ਅਤੇ ਉਹ ਕਹਿੰਦੇ ਕਿ 70-80 ਬੰਦੇ ਲੈ ਕੇ ਆਫਿਸ ਵਿੱਚ ਸ਼ਾਮਲ ਗਏ ਸੀਗੇ। ਆਫਿਸ ਦੀ ਕਪੈਸਿਟੀ ਸਿਰਫ 18 ਬੰਦਿਆਂ ਦੀ ਹੈ, ਉੱਥੇ ਜਾ ਕੇ ਉਹਨਾਂ ਨੇ ਮੈਨ ਹੈਂਡਲਿੰਗ ਕੀਤੀ ਹੈ ਅਤੇ ਸਾਡੇ ਜਿਹੜਾ ਸਭ ਤੋਂ ਮਹਿਕਮੇ ਦੇ ਜਿਹੜੇ ਸੀਨੀਅਰ ਅਫਸਰ ਨੇ ਉਹਨਾਂ ਨੇ ਜਿਹੜੀ ਹੈ ਬੇਇੱਜ਼ਤੀ ਕੀਤੀ। ਜੇ ਮਤਲਬ ਉਹਨਾਂ 'ਤੇ ਮਾਮਲਾ ਦਰਜ ਨਹੀਂ ਹੁੰਦਾ, ਜੇ ਇਨਸਾਫ਼ ਨਹੀਂ ਮਿਲਦਾ, ਕੀ ਕਰੋਗੇ? ਸਾਡਾ ਧਰਨਾ ਜਾਰੀ ਰਹੇਗਾ।